ਹੁਣ ਮੈਂ ਬੇਨਤੀ ਕਰਾਂਗਾ ਮਾਨਯੋਗ ਗਿਆਨੀ ਹਰਦੀਪ ਸਿੰਘ ਜੀ ਦਮਦਮਿਤਕਸਾਲ ਸੰਪਰਦਾ ਭਿੰਡਰਾਂ ਉਹ ਬਹੁਤ ਸੰਖੇਪ ਰੂਪ ਦੇ ਵਿੱਚ ਆਪਣੇ ਵਿਚਾਰ ਜਿਹੜੇ ਆ ਤੁਹਾਡੇ ਨਾਲ ਸਾਂਝੇ ਕਰਨ ਤੇ ਤੇ ਸ਼ੁਸ਼ੋਭਤ ਪੰਥ ਦੀਆਂ ਮਹਾਨ ਧਾਰਮਿਕ ਬੁੱਧੀਜੀਵੀ ਮਹਾਨ ਤਪਸਵੀ ਰੂਹਾਂ ਔਰ ਸਮੂਹ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਬਹੁਤ ਸਾਰੇ ਮਹਾਨ ਵਿਦਵਾਨਾਂ ਦੇ ਪਾਸੋਂ ਦਸਮ ਗ੍ਰੰਥ ਸਾਹਿਬ ਜੀ ਦੇ ਬਾਰੇ ਬਹੁਤ ਵੱਡਮੁੱਲੇ ਵਿਚਾਰ ਸਰਵਣ ਕਰ ਰਹੇ ਹਾਂ ਕੁਝ ਸਮੇਂ ਵਾਸਤੇ ਦਸਮ ਗ੍ਰੰਥ ਸਾਹਿਬ ਵਿੱਚ ਜੋ ਖਾੜਸੇ ਦੀ ਵਿਲੱਖਣਤਾ ਸਤਿਗੁਰੂ ਮਹਾਰਾਜ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਔਰ ਸਤਿਗੁਰੂ ਮਹਾਰਾਜ ਜੀ ਦੀ ਜੋ ਖਾਲਸਾ ਪੰਥ ਦੀ ਰਚਨਾ ਕਰਕੇ ਸੰਸਾਰ ਨੂੰ ਮਹਾਨ ਦੇਣ ਦਿੱਤੀ ਹੈ ਉਹਦੇ ਸਬੰਧ ਵਿੱਚ ਆਪ ਸਮੂਹ ਸਾਧ ਸੰਗਤ ਦੇ ਸਾਹਮਣੇ ਕੁਝ ਕਮੈਂਟ ਆਪ ਜੀ ਦੇ ਲੈਣ ਲੱਗਾ ਹਾਂ ਸਾਬ੍ਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਸਾਰ ਵਿੱਚ ਆਪਣੇ ਆਗਮਨ ਦਾ ਆਦਰਸ਼ ਧਰਮ ਚਲਾਵਨ ਸੰਤ ਉਭਾਰਨ ਦੁਸ਼ਟ ਸਬਨ ਕੋ ਮੂਲ ਉਪਾਰਨ ਪਹਿਲਾ ਆਦਰਸ਼ ਧਰਮ ਚਲਾਉਣਾ ਦੱਸਿਆ ਹੈ ਇੱਕ ਇਹ ਵੀ ਸਵਾਲ ਪੈਦਾ ਹੁੰਦਾ ਹੈ ਕਿ ਕੀ ਸੰਸਾਰ ਵਿੱਚ ਪਹਿਲਾਂ ਧਰਮ ਮੌਜੂਦ ਨਹੀਂ ਸਨ ਐਸਾ ਨਹੀਂ ਸੰਸਾਰ ਵਿੱਚ ਧਰਮ ਤਾਂ ਪਹਿਲਾਂ ਵੀ ਬਹੁਤ ਸਨ ਉਹਨਾਂ ਵਿੱਚ ਕਈ ਕੁਰਿਤੀਆਂ ਆ ਗਈਆਂ ਸਨ ਸੰਸਾਰ ਦੀ ਐਸੀ ਧਾਰਮਿਕ ਹਾਲਤ ਦਾ ਜ਼ਿਕਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਇਸ ਸ਼ਬਦ ਤੋਂ ਸਪਸ਼ਟ ਹੈ ਕਲ ਕਾਤੀ ਰਾਜੇ ਕੁਸਾਈ ਧਰਮ ਪੰਥ ਕਰ ਉਡਰਿਆ ਕੂੜ ਅਮਾਵਸ ਸੱਚ ਚੰਦਰਮਾ ਦੀਸੇ ਨਾਹੀ ਕਹਿ ਚੜਿਆ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੁਨੀਆ ਦੀ ਮਹਾਨ ਕਾਮਲ ਹਸਤੀ ਵਜੋਂ ਅਜੇ ਇਹ ਕਾਮਲ ਉਦੇਸ਼ ਤੇ ਅਮਲੀ ਉਪਦੇਸ਼ ਰਾਹੀਂ ਡਰੀ ਅਤੇ ਸਹਿਮੀ ਕੌਮ ਨੂੰ ਇਨਾ ਨਿਰਭੈ ਤੇ ਦ੍ਰਿੜ ਬਣਾਉਣਾ ਸੀ ਕਿ ਉਹ ਜੀਵਨ ਦੇ ਸਭ ਤੋਂ ਵੱਡੇ ਭੈ ਮੌਤ ਨਾਲ ਵੀ ਮੱਥਾ ਡਾਹੋਣ ਲਈ ਤਤ ਪਰ ਰਹਿਣ ਸਦੀਆਂ ਤੋਂ ਦੱਬੀ ਕੁਚਲੀ ਹੋਈ ਮਨੁੱਖਤਾ ਨੂੰ ਆਤਮ ਵਿਸ਼ਵਾਸ ਨਾਲ ਜੀਵਨ ਜਉਣ ਜੀਵਨ ਜਉਣ ਦਾ ਢੰਗ ਦੱਸਣ ਲਈ ਗੁਰੂ ਸਾਹਿਬ ਜੀ ਨੇ ਖਾਲਸਾ ਪੰਥ ਦੀ ਸਾਜਣਾ ਨੂੰ ਆਪਣਾ ਮੁੱਖ ਆਦਰਸ਼ ਮੰਨ ਕੇ ਕਥਨ ਕੀਤਾ ਸੀ ਹਮ ਏਕਾਜ ਜਗਤ ਮੋ ਆਏ ਧਰਮ ਹੇਤ ਗੁਰਦੇਵ ਪਠਾਏ ਯਹੀ ਕਾਜ ਧਰਾ ਹਮ ਜਨਮ ਜਿੱਥੇ ਹੋਰ ਦਾਰਸ਼ਨਿਕ ਸਿਰਫ ਆਪਣੇ ਫਿਲਾਸਫੀ ਰਾਹੀਂ ਲੋਕਾਈ ਦਾ ਮਾਰਗਦਰਸ਼ਨ ਕਰਦੇ ਹਨ ਉਥੇ ਦਸ਼ਮੇਸ਼ ਪਾਤਸ਼ਾਹ ਜੀ ਨੇ ਆਪਣੇ ਮਹਾਨ ਫਿਲਾਸਫੇ ਨੂੰ ਅਮਲੀ ਜਾਮ ਪਹਿਨਾ ਕੇ ਐਸਾ ਕ੍ਰਿਸ਼ਮਾਈ ਕੌਤਕ ਕਰਕੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਮਿਸਟਰ ਕਨੀਮਗ ਕਨੀਮਗ ਲਿਖਦੇ ਹਨ ਗੁਰੂ ਸਾਹਿਬ ਜੀ ਨੇ ਸਮਾਜ ਦੇ ਉਹਨਾਂ ਮਰਦਾ ਹੋ ਚੁੱਕੇ ਲੋਕਾਂ ਦੇ ਜਜ਼ਬਾਤਾਂ ਨੂੰ ਇੰਨੀ ਸਫਲਤਾ ਨਾਲ ਜਗਾ ਦਿੱਤਾ ਸੀ ਕਿ ਉਹਨਾਂ ਵਿੱਚ ਸਮਾਜਿਕ ਸੁਤੰਤਰਤਾ ਦੀ ਸਮਾਜਿਕ ਸੁਤੰਤਰਤਾ ਅਤੇ ਰਾਸ਼ਟਰੀ ਭਾਵਨਾ ਦੀ ਇੱਛਾ ਪੈਦਾ ਕਰ ਦਿੱਤੀ ਸੀ ਇਸ ਨੇ ਨਾ ਸਿਰਫ ਉਹਨਾਂ ਦੀ ਮਾਨਸਿਕ ਸੋਚ ਨੂੰ ਹੀ ਬਦਲ ਕੇ ਰੱਖ ਦਿੱਤਾ ਸਗੋਂ ਉਹਨਾਂ ਦੇ ਸਰੀਰਕ ਜਕਿਆਂ ਨੂੰ ਵੀ ਅਥਾ ਸ਼ਕਤੀ ਬਖਸ਼ਿਤ ਕਰ ਦਿੱਤੀ ਸੀ ਇਸ ਤਰ੍ਹਾਂ ਗਰੀਬ ਨਵਾਜ਼ ਪਾਤਸ਼ਾਹ ਨੇ ਇਹਨਾਂ ਨਤਾਣੀਆਂ ਰੂਹਾਂ ਨੂੰ ਰਾਜ ਭਾਗ ਦੇਣ ਦਾ ਵਾਅਦਾ ਕਰਦਿਆਂ ਫਰਮਾਇਆ ਸੀ ਇਨ ਗਰੀਬ ਸਿੱਖਨ ਕੁਦਿਓ ਪਾਤਸ਼ਾਹੀ ਇਹ ਯਾਦ ਕਰੇ ਹਮਰੀ ਗੁਰਿਆਈ ਇਹ ਉਹਨਾਂ ਦਾ ਆਪਣਾ ਹੀ ਆਦਰਸ਼ ਨਹੀਂ ਸਗੋਂ ਗੁਰੂ ਨਾਨਕ ਦੇਵ ਜੀ ਵੱਲੋਂ ਅਰੰਭੇ ਕਾਰਜ ਦਾ ਸਿਖਰ ਸਿਖਰ ਸੀ ਜਿਸ ਦੀ ਨੀਂਹ ਦਾ ਜ਼ਿਕਰ ਗੁਰਦੇਵ ਜੀ ਨੇ ਬਚਿੱਤਰ ਨਾਟਕ ਵਿੱਚ ਇਸ ਤਰ੍ਹਾਂ ਕੀਤਾ ਹੈ ਤਿੰਨ ਇਹ ਕਲਮੂ ਧਰਮ ਚਲਾਇਓ ਸਭ ਸਾਧਨ ਕੋ ਰਾਹ ਬਤਾਇਓ ਅਕਾਲ ਪੁਰਖ ਜੀ ਦਾ ਹੁਕਮ ਸੀ ਕਿ ਸੰਸਾਰ ਦੇ ਲੋਗਾ ਨੂੰ ਫਜ਼ੂਲ ਧਾਰਮਿਕ ਅਡੰਬਰਾਂ ਵਿੱਚੋਂ ਕੱਢ ਕੇ ਗੁਰਮਤ ਗਾਡੀ ਰਾਹ ਤੇ ਪਾਉਣਾ ਜਹਾਂ ਤਾਹੇ ਤੈ ਧਰਮ ਚਲਾਏ ਕਬੁੱਧ ਕਰਨ ਤੇ ਲੋਕ ਹਟਾਏ ਇਸ ਤਰ੍ਹਾਂ ਕਲਗੀਧਰ ਪਾਤਸ਼ਾਹ ਨੇ ਖਾਲਸੇ ਨੂੰ ਹੰਸ ਵਾਲੀ ਬਿਰਤੀ ਦਾ ਧਾਰਨੀ ਬਣਾਇਆ ਸੀ ਜਿਵੇਂ ਹੰਸ ਪਾਣੀ ਵਿੱਚੋਂ ਕੇਵਲ ਦੁੱਧ ਦੇ ਫੁੱਟ ਚੁੱਕ ਲੈਂਦਾ ਹੈ ਇਸੇ ਤਰ੍ਹਾਂ ਸੰਸਾਰ ਦੇ ਕਰਮ ਕਾਂਡ ਦੇ ਫੈਲੇ ਹੋਏ ਪਾਣੀ ਵਿੱਚੋਂ ਜੋ ਕਰਮ ਆਤਮ ਗਿਆਨ ਵਿੱਚ ਉਪਯੋਗੀ ਸਨ ਉਹ ਖਾੜਸੇ ਨੂੰ ਬਖਸ਼ਿਸ਼ ਕਰ ਦਿੱਤੇ ਬਾਕੀ ਦਾ ਤਿਆਗ ਕਰਾ ਦਿੱਤਾ ਤੇ ਅੱਗੋਂ ਸਾਵਧਾਨੀ ਲਈ ਸੁਚੇਤ ਕੀਤਾ ਸੀ ਕੇਵਲ ਕਰਮ ਭਰਮ ਸੇ ਚੀਨੋ ਧਰਮ ਕਰਮ ਅਨਰਾਗੋ ਅਤੇ ਧੀਰਜ ਧਾਮ ਬਣਾਏ ਇਹ ਤਨ ਬੁੱਧ ਸੁਦੀਪਕ ਜਿਉਂ ਉਜਿਆਰੈ ਆਪਣੇ ਸਰੀਰ ਨੂੰ ਧੀਰਜ ਦਾ ਘਰ ਬਣਾ ਕੇ ਗੁਰਮਤਿ ਗਿਆਨ ਦੇ ਤੇ ਨਾਲ ਬੁੱਧੀ ਨੂੰ ਰੁਸ਼ਨਾ ਕੇ ਇਸ ਗਾਡੀ ਰਾਹ ਤੇ ਤੁਰਨਾ ਕਿਉਂਕਿ ਅਗਿਆਨਤਾ ਅਤੇ ਮੂਰਖਤਾ ਹੀ ਧਰਮ ਦੀਆਂ ਵੱਡੀਆਂ ਦੁਸ਼ਮਣਾਂ ਹਨ ਸਾਰੇ ਬੰਦਨ ਅਗਿਆਨਤਾ ਵਿੱਚੋਂ ਸਭ ਕ੍ਰੀਤੀਆਂ ਮੂਰਖਤਾ ਵਿੱਚੋਂ ਜਨਮ ਲੈਂਦੀਆਂ ਹਨ ਕਨਿੰਗਮ ਲਿਖਦੇ ਹਨ ਕਿ ਇਹ ਗੱਲ ਖਾਲਸੇ ਦਾ ਉਦੇਸ਼ ਹੀ ਬਣ ਗਈ ਸੀ ਕੇ ਨਵੇਂ ਸਜੇ ਖਾਲਸਾ ਦੀ ਪਿਛਲੀ ਕਿਰਤਨਾਸ਼ ਕੁੱਲਨਾਸ਼ ਧਰਮਨਾਸ਼ ਅਤੇ ਕਰਮਨਾਸ਼ ਸਮਝੀ ਜਾਂਦੀ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੰਘਾਂ ਕੋਲੋਂ ਉਸ ਪਹਿਲੇ ਹਰ ਵਿਸ਼ ਉਸ ਦੇ ਪਹਿਲੇ ਹਰ ਵਿਸ਼ਵਾਸ ਅਤੇ ਭਰਮ ਨੂੰ ਖਤਮ ਕਰਵਾ ਦਿੱਤਾ ਸੀ ਖਾਲਸਾ ਪੰਥ ਦੀ ਸੰਦੀਵੀ ਹੋਣ ਨੂੰ ਬਰਕਰਾਰ ਰੱਖਣ ਲਈ ਅਤੇ ਇਸ ਭਾਰਤ ਭੂਮੀ ਵਿੱਚ ਪਹਿਲਾਂ ਪੈਦਾ ਹੋਏ ਜੈਨ ਅਤੇ ਬੁੱਧ ਧਰਮ ਦੇ ਪਤਨ ਨੂੰ ਮੱਦੇ ਨਜ਼ਰ ਰੱਖ ਕੇ ਦਸ਼ਮੇਸ਼ ਪਾਤਸ਼ਾਹ ਜੀ ਨੇ ਖਾਲਸੇ ਨੂੰ ਸਾਵਧਾਨ ਕਰਦਿਆਂ ਹਮੇਸ਼ਾ ਲਈ ਆਪਣਾ ਨਿਆਰਾਪਣ ਬਣਾਈ ਰੱਖਣ ਦੀ ਹਦਾਇਤ ਕੀਤੀ ਸੀ ਅਤੇ ਵਚਨ ਕੀਤਾ ਸੀ ਜਿੰਨਾ ਚਿਰ ਖਾਲਸਾ ਪੰਥ ਆਪਣਾ ਨਿਆਰਾਪਣ ਬਣਾਈ ਰੱਖੇਗਾ ਉਤਨਾ ਚਿਰ ਗੁਰੂ ਖਾਲਸੇ ਦੇ ਅੰਗ ਸੰਗ ਰਹੇਗਾ ਜਦੋਂ ਇਹ ਆਪਣਾ ਨਿਆਰਾਪਣ ਗਵਾ ਲਵੇਗਾ ਆ ਇਹ ਮੇਰੀ ਵਿਸ਼ਵਾਸ ਪਾਤਰਤਾ ਵੀ ਖੋ ਬੈਠੇਗਾ ਜਬ ਲ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ ਜਬ ਇਹ ਗਹੇ ਵਿਪਰਨ ਕੀ ਰੀਤ ਮੈਂ ਨਾ ਕਰੂੰ 인कीប្រតិਤ ਇਸ ਤਰ੍ਹਾਂ ਸ਼੍ਰੀ ਦਸ਼ਮੇਸ਼ ਪਾਤਸ਼ਾਹ ਜੀ ਨੇ ਖਾਲਸੇ ਨੂੰ ਜੋ ਸਰੂਪ ਅਤੇ ਸ਼ਾਨ ਬਖਸ਼ਿਸ਼ ਕੀਤੀ ਹੈ ਉਸ ਦੀ ਸੇਵਾ ਸੰਭਾਲ ਵਾਸਤੇ ਖਾਲਸੇ ਨੇ ਤਿਆਰ ਬਰਤਿਆਰ ਰਹਿਣਾ ਹੈ ਇਸ ਦੇ ਨਿਆਰੇਪਣ ਦੀਆਂ ਨਿਆਰੇਪਣ ਦੇ ਪਤਨ ਦੀਆਂ ਸੰਭਾਵਨਾਵਾਂ ਤੋਂ ਸਦੀਵੀ ਮੁਕਤੀ ਵਾਸਤੇ ਖਾਲਸੇ ਦਾ ਜੋ ਮਾਰਗਦਰਸ਼ਨ ਗੁਰੂ ਸਿੱਖ ਗੁਰੂ ਸਹਿਬਾਨਾਂ ਨੇ ਕੀਤਾ ਹੈ ਉਸ ਦੀ ਸਿਖਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਨ ਜਿਨ੍ਹਾਂ ਨੇ ਆਪਣੀ ਬਾਣੀ ਵਿੱਚ ਖਾਲਸੇ ਦਾ ਸਦੀਵੀਪਣ ਨਿਆਰਾ ਬਣਾਈ ਰੱਖਣ ਲਈ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਰਚਨਾ ਕਰਕੇ ਖਾਲਸੇ ਦੇ ਲਈ ਅਨੋਖੇ ਰਹਿਤ ਨਾਮੇ ਅੰਕਿਤ ਕੀਤੇ ਜਾਗਤ ਜੋਤ ਜਪੈ ਨਿਸਬਾਸਰ ਇਕ ਬਿਨਾ ਮਨ ਨੈਕ ਨ ਆਣੈ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਟਪੂਲ ਨ ਮੰਨੈ ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾ ਨਾ ਏਕ ਪਛਾਨੈ ਪੂਰਨ ਜੋਤ ਜਗੈ ਘਟਮੈ ਤਬ ਖਾਲਸ ਤਾਹੇ ਨ ਖਾਲਸ ਜਾਣੈ ਜਾਂ ਰੇ ਮਨ ਐਸੋ ਕਰਸ ਨਿਆਸਾ ਜਾਂ ਰੇ ਮਨ ਇਹ ਵਿਦਯੋਗ ਕਮਾਓ ਉੱਚੀ ਸੁੱਚੀ ਅਤੇ ਸਾਬਤ ਸੂਰਤ ਜੋ ਖਾਲਸੇ ਨੇ ਗੁਰੂ ਜੀ ਨੂੰ ਬਖਸ਼ਿਸ਼ ਕੀਤੀ ਹੈ ਇਸ ਦਾ ਸੰਪੂਰਨ ਸਰੂਪ ਸਮਝਣ ਲਈ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਨੂੰ ਆਸਤਕ ਭਾਵਨਾ ਨਾਲ ਵਿਚਾਰਨ ਦੀ ਲੋੜ ਹੈ ਗੁਰੂ ਜੀ ਦੇ ਇਸ ਮਿਸ਼ਨ ਦੇ ਸਬੰਧ ਵਿੱਚ ਨਾਭਾ ਪਤੀ ਮਹਾਰਾਜਾ ਰੂਪ ਦਮਨ ਸਿੰਘ ਜੀ ਨੇ ਇਹ ਅੰਕਤ ਕੀਤਾ ਸੀ ਪੂਰਨ ਕੀਨੋ ਵੋ ਕਾਜ ਪ੍ਰਭ ਤੁਮ ਜਾਹਿਤ ਤੋਹੇ ਅਕਾਲ ਪਠਾਇਓ ਬੇਦ ਕਤੇਬ ਛਡਾਇਕੈ ਕੇਵਲ ਅਕਾਲ ਅਕਾਲ ਜਪਾਇਓ ਇਨੀਆਂ ਬੇਨਤੀਆਂ ਖਾਲਸੇ ਦੀ ਵਿਲਖਣਤਾ ਦਾ ਮੂਲ ਸਰੂਪ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਹਨ ਉਹਨਾਂ ਦੇ ਸਬੰਧ ਵਿੱਚ ਆਪ ਜੀ ਦੇ ਸਨਮੁਖ ਰੱਖੀਆਂ ਵਿਚਾਰਾਂ ਰੱਖਦੇ ਆ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਮਾਨਯੋਗ ਗਿਆਨੀ ਹਰਦੀਪ ਸਿੰਘ ਜੀ ਦਾ